ਕਿਸੇ ਨਾਲ ਨਜਾਇਜ਼ ਸੰਬੰਧ ਤੇ ਕੁਲਦੀਪ ਸਿੰਘ ਦਾ ਵੀ ਸੀ, ਬਾਕੀ ਇਨਵੈਸਟੀਗੇਸ਼ਨ ਸੇਮ ਔਰਤ ਜਿਵੇਂ ਜਿਵੇਂ ਆਉਣਗੇ ਆਪਾਂ ਉਹ ਦੋਨਾਂ ਦੀ ਔਰਤ ਸੇਮ ਸੀ। ਮੈਂ ਫਿਰ ਤੁਹਾਨੂੰ ਇਹ ਕਹਿ ਰਿਹਾ ਕਿ ਜਿਵੇਂ ਜਿਵੇਂ ਇਨਵੈਸਟੀਗੇਸ਼ਨ 'ਚ ਪਤਾ ਲੱਗਦਾ ਜਾਊਗਾ, ਹਜੇ ਆਪਾਂ ਇਹਨੂੰ ਕੰਕਲੂਡ ਨਹੀਂ ਕਰ ਸਕਦੇ। ਇਹ ਸਾਰੀ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਜੋ ਚੀਜ਼ਾਂ ਆ ਰਹੀਆਂ ਮੈਂ ਤੁਹਾਨੂੰ ਦੱਸ ਰਿਹਾ। ਜੋ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਹੈ ਉਹਦੇ ਵਿੱਚ ਇਹੀ ਆਇਆ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਮੈਨ ਟੂ ਮੈਨ ਮਾਰਕਿੰਗ ਜਿਵੇਂ ਕਰਕੇ ਕਿ ਇਹਦਾ ਕਤਲ ਕਿਹਨੇ ਕਰਨਾ, ਇਹਦਾ ਕਤਲ ਕਿਹਨੇ ਕਰਨਾ, ਬੜੀ ਬੜੀ ਸੋਚੀ ਸਮਝੀ ਜੀ ਸਾਜਿਸ਼ ਹੋਈ ਹੈ ਅਤੇ ਉਸ ਤਰ੍ਹਾਂ ਕੀਤਾ ਗਿਆ। ਬਾਕੀ ਅੱਗੇ ਇਨਵੈਸਟੀਗੇਸ਼ਨ ਦੇ ਵਿੱਚ ਅਤੇ ਇੰਟਰੋਗੇਸ਼ਨ 'ਚ ਹੋਰ ਕਈ ਤੱਥ ਸਾਹਮਣੇ ਆਉਣਗੇ ਕਿ ਇਹਨਾਂ ਪਿੱਛੇ ਹੋਰ ਕਿੰਨਾ ਕਿੰਨਾ ਦਾ ਹੱਥ ਹੈ। ਇਹ ਲੱਗਦਾ ਤਾਂ ਇਸੇ ਤਰ੍ਹਾਂ ਹੀ ਹੈ ਅਤੇ ਬਾਕੀ ਜੋ ਸੀਨ ਆਫ ਕ੍ਰਾਈਮ ਹੈ ਉਹਨੂੰ ਸਾਫ਼ ਵੀ ਇਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਹੈ, ਕਈ ਐਵੀਡੈਂਸ ਇਹਨਾਂ ਨੇ ਛੁਪਾਉਣ ਦੀ ਵੀ ਕੋਸ਼ਿਸ਼ ਕੀਤੀ ਹੈ, ਤਾਂ ਉਹਦੇ ਤਹਿਤ ਇਹ ਸਾਰਾ ਮਾਮਲਾ ਦਰਜ ਹੋਇਆ ਹੈ। ਸਰ ਜਦੋਂ ਸੁੱਤੇ ਸੀ ਜਦੋਂ ਇਹਨਾਂ ਨੇ ਵਾਰ ਕੀਤੇ ਉਹਨਾਂ ਦੇ ਉੱਤੇ? ਜੋ ਇਨਵੈਸਟੀਗੇਸ਼ਨ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਤਾਂ ਇਹੀ ਆ ਰਿਹਾ ਸਾਹਮਣੇ ਕਿ ਸੁੱਤੇ ਸੀ, ਬਾਕੀ ਅੱਗੇ ਹੋਰ ਇਨਵੈਸਟੀਗੇਸ਼ਨ ਦੇ ਵਿੱਚ ਦੇਖਿਆ ਜਾਊਗਾ ਕਿ ਐਗਜੈਕਟਲੀ ਕਿੰਨੇ ਵਜੇ ਕੀ ਹੋਇਆ। ਸਰ ਜਿਹੜੀ ਲੇਡੀਜ਼ ਦੇ ਨਾਲ ਜਿਵੇਂ ਜਿਵੇਂ ਜਿਹਦਾ ਜਿਹਦਾ ਨਾਮ ਪਾਉਂਦਾ ਜਾਊਗਾ, ਪਰਚਾ ਜਿਹਦੇ 'ਤੇ ਦੇਣਾ ਹੈ ਜਾਂ ਐਗਜ਼ਾਮੀਨੇਸ਼ਨ ਕਰਨੀ ਹੈ ਕਿਸੇ ਦੀ, ਕੌਣ ਕੌਣ ਗਵਾਹ ਹੈਗੇ ਆ, ਉਹ ਸਾਰੇ ਇਨਵੈਸਟੀਗੇਸ਼ਨ ਵਿੱਚ ਆ ਜਾਂਦੇ। ਸਰ ਟੈਸਟ ਵੀ ਕੀਤੀ ਲੇਡੀਜ਼? ਹਾਂਜੀ, ਫਿਲਹਾਲ ਅਸੀਂ 4 ਜਣੇ ਅਰੈਸਟ ਕੀਤੇ ਆ ਜਿਹਨਾਂ ਦੇ ਮੈਂ ਕੋਈ ਨਾਮ। ਸਰ ਇਹਦੇ ਖਿਲਾਫ਼ ਕੋਈ ਪਹਿਲਾਂ ਐਫ ਆਈ ਆਰ ਹੋਈ ਸੀ? ਕਿਸੇ ਤੋਂ ਪਹਿਲਾਂ ਕੋਈ ਇਸ ਤਰ੍ਹਾਂ ਦਾ ਮਾਮਲਾ ਸਾਡੇ ਨਜ਼ਰ ਦੇ ਵਿੱਚ ਨਹੀਂ ਹੈ। ਕਿਦਾਂ ਕਿਹਨੂੰ ਲੈ ਕੇ ਆਇਆ ਸਰ? ਤੁਸੀਂ ਦੱਸਿਆ ਜੀ ਹਰਵੰਤ ਸਿੰਘ ਦੇ ਅਹਿਮਦ ਹੋਇਆ ਇਹਨਾਂ ਤੋਂ, ਫਿਲਹਾਲ ਇਸ ਤਰ੍ਹਾਂ ਦਾ ਕੁਛ ਨਹੀਂ ਲੱਗ ਰਿਹਾ ਕਿ ਉੱਥੇ ਕੋਈ ਰਾਊਂਡ ਫਾਇਰ ਹੋ ਗਿਆ ਜਾਂ ਸੋਨੇ ਤੇ ਰਸ਼ਪਾਲ ਸਿੰਘ ਦੇ ਵਿੱਚ ਦੋ ਜਣੇ ਗੱਲ ਕਰ ਰਹੇ ਸੀ। ਮੈਂ ਉਹੀ ਕਹਿ ਰਿਹਾ, ਇਹਦਾ ਜਵਾਬ ਮੈਂ ਆਲਰੇਡੀ ਦਿੱਤਾ, ਇਹ ਦੋ ਜਣੇ ਕਿਉਂ ਆਏ ਹੈ, ਇਹਨਾਂ ਦਾ ਕੀ ਮੋਟਿਵ ਸੀ, ਕਿਤੇ ਹਾਇਰ ਤਾਂ ਨਹੀਂ ਕੀਤੇ ਜਾਂ ਇਹਨਾਂ ਦੀ ਕੋਈ ਹੋਰ ਇਨਵੋਲਵਮੈਂਟ ਤਾਂ ਨਹੀਂ ਹੈਗੀ, ਇਹਨਾਂ ਦੇ ਕੋਈ ਯਾਰ ਮਿੱਤਰ ਸੀ, ਕੌਣ ਸੀ, ਇਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਸੀ। ਸਰ ਇੱਕ ਹੋਰ ਗੱਲ ਸਾਹਮਣੇ ਆਈ ਸੀ ਕਿ ਇਹਨਾਂ ਨੂੰ ਬੰਨ੍ਹ ਕੇ ਉਹਦੇ ਵਿੱਚ ਸੁੱਟਿਆ ਗਿਆ ਸੀ ਪਾਣੀ ਦੇ ਵਿੱਚ, ਇੱਟਾਂ ਵੀ ਕੁਛ ਰਿਕਵਰ ਹੋਈਆਂ ਸੀ ਕਿਉਂਕਿ ਉਹਦੀ ਬੈਗ ਜਿਹੜੀ ਸੀ ਉਹ ਕੀ ਹੈਗਾ ਸੀ ਸਰ? ਇਹਨਾਂ ਨੇ ਐਵੀਡੈਂਸ ਨੂੰ ਅਤੇ ਜਿਹੜੇ ਬੋਡੀਜ਼ ਹੈ ਡੈਡ ਬੋਡੀਜ਼ ਹੈ ਉਹਨਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਸੀ, ਉਹਨੂੰ ਇੱਕ ਇਸ ਤਰ੍ਹਾਂ ਦਾ ਰੂਪ ਦੇਣ ਲਈ ਕਿ ਉਹ ਮਿਸਿੰਗ ਹੈਗੇ ਆ ਸਾਰੇ, ਉਸ ਤਰ੍ਹਾਂ ਕਰਨ ਦੀ ਕੋਸ਼ਿਸ਼ ਕੀਤੀ ਸੀ। ਸਰ ਇਸ ਕ੍ਰਾਈਮ ਨੂੰ ਕਿਆ ਹੀਨੀਅਸ ਕ੍ਰਾਈਮ ਦੇ ਵਿੱਚ ਲਿੱਤਾ ਜਾਏਗਾ? ਬਿਲਕੁਲ ਹੀਨੀਅਸ ਕ੍ਰਾਈਮ ਹੈ, ਇਸੇ ਕਰਕੇ ਇਹਦੇ 'ਤੇ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਤੁਹਾਨੂੰ ਸਾਰਿਆਂ ਨੂੰ ਇਨਵਾਈਟ ਕੀਤਾ ਗਿਆ ਤਾਂ ਕਿ ਪਬਲਿਕ ਨੂੰ ਵੀ ਇਹ ਨਾ ਰਹੇ ਇਹਦੇ 'ਤੇ ਇਨਵੈਸਟੀਗੇਸ਼ਨ ਕਿਸ ਤਰ੍ਹਾਂ ਦੀ ਹੋ ਰਹੀ ਹੈ, ਕੋਈ ਇਸ ਤਰ੍ਹਾਂ ਦਾ ਉਹਨਾਂ ਨੂੰ ਕੋਈ ਡਾਊਟ ਨਾ ਰਹਿ ਜੇ। ਕਿਆ ਪੁਲਿਸ ਫਾਂਸੀ ਦੀ ਰਾਤ ਨੂੰ ਇੱਕ ਘਟਨਾ ਵਾਪਰੀ ਸੀ ਜਿਸ ਸਾਨੂੰ ਇਹ ਇਨਫੋਰਮੇਸ਼ਨ ਆਈ ਸੀ ਕਿ 4 ਜਣੇ ਇੱਕ ਪਰਿਵਾਰ ਦੇ ਗਾਇਬ ਹੈਗੇ ਹੈ, ਇੱਕ ਮਾਂ ਇੱਕ ਉਹਨਾਂ ਦੇ ਤਿੰਨ ਬੱਚੇ, ਉਹਨਾਂ 'ਚ ਇੱਕ ਬੱਚੀ ਅਤੇ ਦੋ ਲੜਕੇ ਜਿਹੜੇ ਗਾਇਬ ਹੈ, ਰਜਿੰਦਰ ਕੌਰ ਅਤੇ ਸਰਨਜੀਤ ਕੌਰ, ਓਮਕਾਰ ਸਿੰਘ ਅਤੇ ਲਵਜੀਤ ਸਿੰਘ। ਉਦੋਂ ਬਾਅਦ ਇਨਵੈਸਟੀਗੇਸ਼ਨ ਕੀਤੀ ਗਈ ਅਤੇ ਉਹਦੇ 'ਚ ਇਹ ਸਾਹਮਣੇ ਆਇਆ ਕਿ ਜੋ ਰਜਿੰਦਰ ਕੌਰ ਦਾ ਹਸਬੈਂਡ ਹਰਵੰਤ ਸਿੰਘ ਹੈ ਉਹਨੇ ਆਪਣੇ ਭਾਣਜੇ ਨਾਲ, ਕੁਲਦੀਪ ਸਿੰਘ ਨਾਲ ਅਤੇ ਦੋ ਜਣਿਆਂ ਨਾਲ ਹੋਰ ਜਿਨ੍ਹਾਂ ਦਾ ਨਾਮ ਕਿ
ਸੋਨੂ ਸਿੰਘ ਅਤੇ ਰਛਪਾਲ ਸਿੰਘ ਉਹਨਾਂ ਨਾਲ ਮਿਲ ਕੇ ਇਹਨਾਂ ਚਾਰਾਂ ਦਾ ਕਤਲ ਕੀਤਾ। ਉਹਦੇ 'ਚ ਇਹ ਸਾਹਮਣੇ ਆਇਆ ਕਿ ਇਹਦੇ ਹਰਵੰਤ ਸਿੰਘ ਦੇ ਅਤੇ ਕੁਲਦੀਪ ਸਿੰਘ ਦੇ ਇਹਨਾਂ ਦੇ ਕਈ ਕਾਫੀ ਅਰਸੇ ਤੋਂ ਪਰਾਈਆਂ ਔਰਤਾਂ ਨਾਲ ਨਜਾਇਜ਼ ਸੰਬੰਧ ਸੀ ਅਤੇ ਪਰਿਵਾਰ ਇਹਨਾਂ ਨੂੰ ਚੰਗਾ ਨਹੀਂ ਸੀ ਸਮਝਦਾ। ਇਹਨਾਂ ਨੇ ਇਹ ਪਲੈਨਿੰਗ ਕੀਤੀ, ਇਹ ਕੌਂਸਪੀਰੇਸੀ ਹੈਜ ਕੀਤੀ ਕਿ ਅਸੀਂ ਸਾਰੇ ਦਾ ਸਾਰਾ ਪਰਿਵਾਰ ਹੀ ਇੱਕ ਦਿਨ ਦੇ ਵਿੱਚ ਖਤਮ ਕਰਾਂਗੇ। ਤਾਂ ਇਸ ਸਾਜਿਸ਼ ਤਹਿਤ ਇਹਨਾਂ ਨੇ ਇਹ ਚਾਰ ਕਤਲ ਇੱਕ ਰਾਤ ਨੂੰ 16-17 ਦੀ ਰਾਤ ਨੂੰ ਕੀਤੇ ਗਏ ਹੈ। ਇਹਦੇ ਵਿੱਚ ਚਾਰੇ ਦੋਸ਼ੀ ਜਿਹੜੇ ਕਿ ਹਰਵੰਤ ਸਿੰਘ, ਪੁੱਤਰ ਦਲਵੀਰ ਸਿੰਘ ਵਾਸੀ ਤੇੜਾ ਖੁਰਦ, ਫਿਰ ਸੋਨੂ ਸਿੰਘ ਪੁੱਤਰ ਨਿਰੰਜਨ ਸਿੰਘ ਅਤੇ ਰਛਪਾਲ ਸਿੰਘ ਪੁੱਤਰ ਰੂਪ ਸਿੰਘ ਵਾਸੀਆਂ ਤੇੜਾ ਖੁਰਦ, ਫਿਰ ਕੁਲਦੀਪ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਕਾਮਲਪੁਰਾ। ਇਹਨਾਂ ਚਾਰਾਂ ਨੂੰ ਅਰੈਸਟ ਕੀਤਾ ਗਿਆ ਅਤੇ ਇਹਨਾਂ ਕੋਲੋਂ ਚਾਰ ਸਫੇਦੇ ਦੀਆਂ ਲੱਕੜਾਂ ਜਿਨ੍ਹਾਂ ਨਾਲ ਇਹਨਾਂ ਨੇ ਉਹਨਾਂ ਚਾਰ ਜਾਣਿਆਂ ਦਾ ਇੱਕ ਇੱਕ ਜਾਣੇ ਦਾ ਕਤਲ ਕੀਤਾ। ਅਤੇ ਫਿਰ ਇਹਨਾਂ ਕੋਲੋਂ 32 ਬੋਰ ਦਾ ਇੱਕ ਪਿਸਟਲ, ਇੱਕ 315 ਬੋਰ ਦਾ ਇੱਕ ਪਿਸਟਲ ਅਤੇ ਕੁੱਲ 8 ਰਾਊਂਡ ਜਿਹੜੇ ਕਾਰਤੂਸ ਹੈ ਉਹ ਵੀ ਬਰਾਮਦ ਕੀਤੇ ਗਏ ਹੈ। ਆਪਣੇ ਐਂਡਰਾਇਡ ਪਲੈਟਫਾਰਮ 'ਤੇ ਤਾਂ ਸਰ ਪਹਿਲੇ ਐਪ ਵਾਲਾ ਸਾਰਾ ਵਾਈਂਡ ਅਪ ਕਰਾ ਦਿਓ ਫਿਰ ਤਾਂ ਕਿ ਦੁਬਾਰਾ ਐਪ ਵਾਲਾ ਹੋ ਜਾਏਗਾ ਨਾ।